सत श्री अकाल दोस्तों, मैं थोड़ा लखविंदर सिंह बूटा। जिवें कि तुसीं देख रहे हो, असीं हर बार दी तरह अज फिर बई प्रदीप कोले खड़े हां। प्रदीप बई दा पिंड लोहा खेड़ा, ये लोहा खेड़ा जिहड़ा पिंड आ संगरूर जिले दा पिंड आ। जो आपां संगरूर तो बरनाले नूं जाने आ तां रस्ते दे विच इक दोस्तो हरीगढ़ टोल प्लाजा पैंदा। टोल प्लाजे तो बई दे पिंड नूं इक सड़क पाड़दी आ टोल प्लाजे दे कोलों, ते 2 किलोमीटर साइड ते लौंगोवाल वाली साइड बाई दा पिंड है। आज असीं मिलाउणे आ बाई प्रदीप दे नाल। प्रदीप बाई कोले गावां अज 15-16, 5-4 झोटियां, 2 बछियां भी ने विच। कोई भीर बछियां खरीदण दे शौकीन होण उह बछियां भी खरीद सकदे ने। जिवें कि तुसीं देख रहे हो आह सूईयां होईयां 4-5 बैड़ां खड़ियां ने, ते बाई दे अंदर बरांडे च भी खड़ियां ने, उह भी आपां तुहानूं दिखाउणे आ। सति श्री अकाल वीर जी। सति श्री अकाल बाई जी। ਹੋਰ ਵੀਰ ਜੀ ਠੀਕ ਠਾਕ ਹੋ? ਹਾਂ ਬਾਈ, ਕਿਰਪਾ। ਕੰਮ ਕਾਰ ਦਾ ਕੀ ਹਾਲ ਹੈ ਜੀ? ਬਾਈ ਬਾਈ ਜੀ, ਜਿਹੜੇ ਅੱਜ ਆਪਾਂ ਪਸ਼ੂ ਵੀਡੀਓ ਦੇ ਵਿੱਚ ਦਿਖਾਵਾਂਗੇ। ਹਾਂ ਬਾਈ। ਤੇ ਕਿੰਨੇ ਪਸ਼ੂ ਨੇ ਤੇ ਕਿੰਨੀਆਂ ਗਾਵਾਂ ਨੇ? 13 ਬੈੜਾਂ ਨੇ। ਅੱਛਾ ਜੀ। ਤੇ ਬਾਕੀ 6 ਮੱਝਾਂ ਨੇ ਬਾਈ। ਤੇ ਇਹਨਾਂ ਦੇ ਵਿੱਚ ਵੱਛੀਆਂ ਕਿੰਨੇ ਨੇ ਵੀਰੇ? 2 ਹਿਫਰ ਆ ਬਾਈ, ਇੱਕ 5 ਮਹੀਨੇ ਦੀ ਗਾਭਣ ਹੈ, ਇੱਕ 6 ਦੀ ਗਾਭਣ। ਠੀਕ ਹੈ ਜੀ ਵੀਰ ਜੀ, ਇਹਨਾਂ ਦਾ ਰੇਟ ਕੀ ਰਹੂਗਾ ਜੀ? ਰੇਟ ਬਾਈ ਆਪਾਂ ਸਾਰੇ ਵੀਡੀਓ 'ਚ ਦੱਸ ਦਾਂਗੇ। ਠੀਕ ਹੈ ਜੀ। ਜਿੱਦਾਂ 1 ਨੰਬਰ ਬੈੜਾ ਬਾਈ, ਹਫਤਾ ਬਾਕੀ ਹੈ, 25 ਕਿਲੋ ਦੁੱਧ ਦਿੱਤਾ ਹੈ ਪਹਿਲਾਂ ਨੇ। ਇਹਦਾ ਲੈਣ ਦੇਣ ਰੇਟ 75,000 ਰੁਪਏ ਜੀ। ਠੀਕ ਹੈ ਜੀ, ਇਹਨੂੰ ਤੋੜ ਕੇ ਦਿਖਾਵਾਂਗੇ। ਇੱਕ ਦੋ ਜਾਨਵਰ ਤੋੜ ਦਾਂਗੇ, ਕਿਉਂਕਿ ਬਾਈ ਜਾਨਵਰ ਜ਼ਿਆਦਾ ਹਨਾ। ਠੀਕ ਹੈ, ਵੀਡੀਓ ਵੱਡੀ ਬਣ ਗਈ। ਇਹਦੇ ਨਾਲ ਬੱਚਾ ਕੀ ਹੈ ਜੀ? ਸੋਨ ਵਾਲਿਆ ਬਾਈ ਜੀ, ਇਹ ਹਫਤਾ ਪੈਂਡਿੰਗ ਹੈ ਜੀ, ਸਵੈਲ ਨੂੰ ਪਾਉਣੀ ਸਟਾਰਟ ਕਰ ਗਈ ਨੀਚੇ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਦੋਸਤੋ, ਬਾਈ ਨੇ ਦੱਸਿਆ ਸੂਨ ਵਾਲੀ ਆ। ਤੁਸੀਂ ਥੋੜੀ ਜੀ ਬਾਈ ਵੀ ਆਈ ਹੋਈ ਦੇਖ ਸਕਦੇ ਹੋ, ਬਹੁਤ ਚੰਗੀ ਵੱਛੀ ਆ। ਕਾਟ ਕੂਟ ਦੇ ਵਿੱਚ ਤੁਰਦੀ ਤਰਦੀ ਤੁਸੀਂ ਦੇਖ ਸਕਦੇ ਹੋ। ਮੈਂ ਨੇੜੇ ਕਰਕੇ ਤੁਹਾਨੂੰ ਇਹਦੇ ਥਣ ਵੀ ਦਿਖਾਉਂਗਾ। ਇੱਦਾਂ ਦੀਆਂ ਵੱਛੀਆਂ ਵੀਰ ਕੋਲੇ ਤਕਰੀਬਨ 15-20 ਹਮੇਸ਼ਾ ਮੌਜੂਦ ਰਹਿੰਦੀਆਂ ਨੇ। ਅੱਜ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਕੁਝ ਮੱਝਾਂ ਵੀ ਦਿਖਾਵਾਂਗੇ। 2 ਹੀਫਰ ਵੀ ਨੇ, ਪ੍ਰੈਗਨੈਂਟ ਹੀਫਰ ਨੇ। ਜਿਹੜੇ ਵੀਰ ਪ੍ਰੈਗਨੈਂਟ ਹੀਫਰ ਖਰੀਦਣ ਦੇ ਚਾਹਵਾਨ ਨੇ, ਉਹ ਪ੍ਰੈਗਨੈਂਟ ਹੀਫਰ ਵੀ ਖਰੀਦ ਸਕਦੇ ਨੇ। ਅਗਲੀ ਦਾ ਕੀ ਆ ਵੀਰ ਜੀ ਡਿਟੇਲ? ਇਹਦਾ ਬਾਈ ਜੀ 1,05,000 ਰੁਪਏ ਰੇਟ ਆ ਜੀ। ਸੂਈ ਅੱਜ ਸਵੇਰੇ ਬਹੁਤ ਚੋਂ ਖਾਲੀ ਹੋਈ ਹੈ ਜੀ। ਠੀਕ ਹੈ ਜੀ। ਹਾਂਜੀ, ਇਹਦਾ ਬੱਚਾ ਕੀ ਆ ਜੀ? ਇਹਦੇ ਮੇਲ ਆ ਜੀ, ਦੋਨਾਂ ਮਗਰ। ਦੋਨਾਂ ਦੇ ਮਗਰ ਦੋਸਤੋ, ਸਾਰੀ ਖਾਲੀ ਹੋਈ ਅੱਜ ਬਹੁਤ ਚੋਂ ਜੀ। ਵੀਰ ਨੇ ਦੱਸਿਆ ਕਿ ਮੇਲ ਕਾਫ ਹੈਗਾ ਤੇ ਪਸ਼ੂ ਜ਼ਿਆਦੇ ਹੋਣ ਕਰਕੇ ਦੋਸਤੋ ਆਪਾਂ 2-4 ਹੀ ਪਸ਼ੂ ਤੁਹਾਨੂੰ ਤੋਰ ਕੇ ਦਿਖਾਵਾਂਗੇ। ਉਹਨਾਂ ਦੇ ਵਿੱਚ ਕੁਝ ਮੱਝਾਂ ਤੋਰ ਕੇ ਦਿਖਾਵਾਂਗੇ। ਜਿਹੜੀ ਆ 3 ਨੰਬਰਾਂ ਤੋਂ ਬਾਈ ਜੀ, ਤਾਜ਼ੀ ਸੂਈ ਆ, ਸਵੇਰੇ ਬੋਲੇ ਚੋਂ ਖਾਲੀ ਆ। ਠੀਕ ਹੈ ਜੀ। ਹਾਂ, ਦੁੱਧ ਦੀ ਕਪੈਸਿਟੀ ਬਣ ਕੇ ਉਹਦੀ ਵੀ 35 ਕਿਲੋ ਤੱਕ ਦੀ ਨੋਰਮਲ ਹੈ ਜੀ। ਇਹਦਾ ਰੇਟ ਕੀ ਰਹੂਗਾ ਜੀ? ਰੇਟ ਬਾਈ ਜੀ 1,35,000 ਰੁਪਏ ਦਾ ਰੇਟ ਜੀ। ਠੀਕ ਹੈ ਜੀ। ਆ 4 ਨੰਬਰ ਦੇਖ ਰਿਹਾ ਵੀਰੇ, ਇਹਦੀ ਡਿਟੇਲ ਦੱਸਿਓ ਦੁਬਾਰਾ। ਗੱਬੜ ਹੈ ਜੀ ਬੱਚੀ ਦੇ, 12-13 ਦਿਨ ਰਹਿੰਦੇ ਆ ਜੀ। ਬਲਕਿ ਜਿੱਦਾਂ ਦਾ ਬੋਡੀ ਸਟਰਕਚਰ ਆ ਜੀ, ਬਿਲਕੁਲ ਸਾਰਾ ਫੋਰਨ ਵਾਲੀਆਂ ਗਾਵਾਂ ਨਾਲ ਦਾ। ਠੀਕ ਹੈ ਜੀ। ਵੀ ਅਡਰ ਬਿਲਕੁਲ ਸਟ੍ਰੈਚ ਅਡਰ ਰਹੀ ਹੈ ਬੱਚੀ ਜੀ, 35 ਕਿਲੋ ਦੁੱਧ ਇਹਨੇ ਨੋਰਮਲ ਦਿੱਤਾ ਬੱਚੀ ਨੇ ਜੀ। ਅੱਛਾ ਜੀ, ਹੁਣ ਲੋਕੇਸ਼ਨ ਕਿਹੜੀ ਆ ਜੀ ਇਹਦੀ? ਦੂਸਰਾ ਸੂਆ ਬਾਈ, 6 ਦਿਨ ਦਾ। ਦੂਸਰਾ ਸੂਆ 6 ਦਿਨ ਦਾ ਦੋਸਤੋ, ਇਹ ਆਪਾਂ ਤੁਹਾਨੂੰ ਖੋਲ ਕੇ ਦਿਖਾਉਣੇ ਆ ਤੇ ਇਹਦਾ ਰੇਟ ਵੀ ਵੀਰ ਤੋਂ ਪੁੱਛਦੇ ਆ। ਵੀਰ ਜੀ ਦਾ ਰੇਟ ਕੀ ਰਹੂਗਾ? 1,50,000 ਰੁਪਏ ਜੀ। 1,50,000 ਦੋਸਤੋ ਦਾ ਰੇਟ ਹੋਊਗਾ। ਇਹ ਜਿਆਦਾ ਵਧੀਆ ਜਾਨਵਰ ਹੈ ਜੀ। ਇੱਕ ਤਾਂ ਪਤਾ ਕੀ ਹੁੰਦਾ ਬਾਈ, ਬੂਟੇ ਕਹਿਣ ਦਾ ਮਤਲਬ ਇਹ, ਦੇਖ ਆਪਣੇ ਕੋਲੇ ਜਾਨਵਰ ਤਕਰੀਬਨ ਸਾਰੇ ਹੁੰਦੇ ਆ। ਠੀਕ ਹੈ ਜੀ। 60, 65, 70, 80, 90 ਜਿੱਦਾਂ ਦਾ ਜਾਨਵਰ ਆ ਰੇਟ ਦੇਖੋ ਉਦਾਂ ਦਾ ਹੁੰਦਾ। ਠੀਕ ਹੈ ਜੀ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਦੋਸਤੋ, ਤੋਰਾ ਤੂਰਾ ਬਹੁਤ ਚੰਗਾ ਬੱਸੀ ਦਾ, ਹਲੇ ਸੂਣ ਦੇ ਵਿੱਚ ਦਿਨ ਬਾਕੀ ਨੇ। ਤੇ ਵੀਰ ਨੇ ਜਿਹੜੀ ਰੇਟ ਆ ਇਹਦਾ 1,50,000 ਰੁਪਇਆ ਕਰਿਆ। ਰੇਟ ਦੇ ਵਿੱਚ ਜਿਹੜੀ ਉਹ ਹੋ ਜਾਂਦੀ ਆ ਦੋਸਤੋ, ਰੇਟ ਇੱਕ ਵਾਰੀ ਕੀ ਹੁੰਦਾ ਗਾ, ਕੁਛ ਪਸ਼ੂ ਕੋਈ ਵੀਰ ਵਪਾਰ ਵਾਲੇ ਖਰੀਦਣ ਵਾਲੇ ਹੁੰਦੇ ਨੇ, ਜਿਨ੍ਹਾਂ ਨੇ ਅੱਗੇ ਲਿਜਾ ਕੇ ਵੇਚਣੇ ਹੁੰਦੇ ਨੇ, ਕੋਈ ਵੀਰ ਉਧਾਰ ਵਾਲੇ ਵੀ ਹੁੰਦੇ ਨੇ, ਜਾਂ ਕੋਈ ਦੁੱਧ ਤਿਆਰ ਖਰੀਦਣ ਵਾਲੇ ਨੇ, ਉਦੋਂ ਰੇਟ ਦਾ ਜਿਹੜਾ ਉਹ ਥੋੜਾ ਬਹੁਤਾ ਅੱਗੇ ਪਿੱਛੇ ਹੋ ਜਾਂਦਾ ਉਸ ਮੁਤਾਬਕ। ਜਿਵੇਂ ਕਿ ਆਹ ਬੱਸੀ ਦੇਖ ਸਕਦੇ ਹਾਂ ਦੋਸਤੋ, ਇਹਦੀ ਕੀ ਡਿਟੇਲ ਆ ਜੀ? ਇਹ ਜੀ 5 ਮਹੀਨੇ ਦੀ ਗੱਭਣ ਹੈ ਜੀ। ਦੋਸਤੋ ਇਹ 5 ਮਹੀਨੇ ਦੀ ਗੱਭਣ ਬੱਸੀ ਆ, ਹਿਫਰ ਆ, ਇਹ ਵੀ ਤੁਸੀਂ ਖਰੀਦ ਸਕਦੇ ਹੋ। ਸਿੰਘ ਸੁੰਘ ਦੱਗ ਗਏ ਉਹਨੇ ਬੱਛੀ ਦਾ, ਕਾਟ ਕੂਟ ਬਹੁਤ ਵਧੀਆ ਲੱਗ ਰਿਹਾ, ਕੋਈ ਚੰਗੇ ਦੀ ਹੈਗੀ। ਤੇ ਪੈਰਾਂ ਪੂਰਾਂ ਦੀ ਮੈਂ ਤੁਹਾਨੂੰ ਦਿਖਾਉਣਾਗਾ, ਬਿਲਕੁਲ ਸਿੱਧੇ ਪੈਰ ਨੇ। ਤੇ ਅਗਲੀ ਜਿਹੜੀ ਗਾਂ ਦੋਸਤੋ, ਇਹਦੀ ਡਿਟੇਲ ਲੈਣੇ, ਇਹਦਾ ਕੀ ਆ ਜੀ? ਇਹ ਬਾਈ ਬੱਛੀ ਨੇ ਦੁੱਧ 25 ਕਿਲੋ ਦਿੱਤਾ, ਕਲਰ ਥੋੜਾ ਵਾਈਟ ਆ ਗਿਆ ਕਿਉਂਕਿ ਐਚਐਫ ਗਾਂ ਦੇ ਵਿੱਚੋਂ ਨਿਕਲੀ ਹੈ ਜਰਸੀ। ਠੀਕ ਆ ਜੀ। ਤੇ 25 ਕਿਲੋ ਦੁੱਧ ਦਿੱਤਾ ਹੈ ਬਾਈ, ਇਹਦਾ ਰੇਟ ਬਾਈ ਜੀ ਰਹੂਗਾ 75,000 ਰੁਪਇਆ। ਠੀਕ ਹੈ ਜੀ। ਤੇ ਅੱਗੇ ਜਿਹੜੀ ਇਹ ਵੱਛੀ ਹੈਗੀ ਜੀ, ਇਹਨੇ ਦੁੱਧ ਦਿੱਤਾ 27,25 ਕਿਲੋ ਜੀ। ਠੀਕ ਹੈ ਜੀ। ਬਹੁਤ ਸੋਹਣੇ ਆਰਡਰ ਦੀਆਂ ਨੇ ਜੀ, ਅੱਗੇ ਪਿੱਛੇ ਦੇ ਬਣਾਵਟ ਦੀਆਂ। ਇਹਨੇ ਵੱਛੀ ਦਾ ਰੇਟ ਰਹੂਗਾ ਜੀ 77,000 ਰੁਪਇਆ। ਦੇਖੋ ਜੀ, ਗੱਭਣ ਵਾਲੇ ਰੇਟ ਨੇ ਤੇ ਜਦੋਂ ਸੂਪੀਆਂ ਦੇਖੋ, ਕਈ ਵਾਰ ਇਦਾਂ ਦਾ ਹੁੰਦਾ ਬਾਈ ਵਪਾਰ ਲੈਣ ਆਏ, ਇਹਦੇ ਵਿੱਚ ਪਸ਼ੂ ਤੋਂ ਵੱਧ ਵੀ ਜਾਂਦੇ ਨੇ, ਘੱਟ ਵੀ ਜਾਂਦੇ ਨੇ। ਠੀਕ ਹੈ ਜੀ। ਕਿਉਂਕਿ ਅੱਜ ਆਪਾਂ ਜੋ ਰੇਟ ਅੱਜ ਕਰ ਰਹੇ ਹਾਂ, ਕਈ ਵਾਰੀ ਜ਼ਿਆਦਾ ਤਿਆਰ ਹੋ ਗਿਆ ਰੇਟ ਵੱਧ ਜਾਣਗੇ, ਕਈ ਵਾਰ ਜਾਨਵਰ ਕੋਈ ਕਮੀ ਪੇਸੀ ਨਿਕਲ ਜਾਏ, ਉਹ ਤੁਹਾਨੂੰ ਪਤਾ ਫਿਰ ਘੱਟ ਵੀ ਜਾਂਦੇ। ਇਹ ਦੋਸਤੋ ਤੁਸੀਂ ਦੇਖ ਸਕਦੇ ਹੋ, ਜਿਹੜਾ ਸੂਨ ਵਾਲਾ ਪਸ਼ੂ ਹੁੰਦਾ ਉਹਦੇ ਵਿੱਚ ਹੁੰਦਾ ਹੁੰਦਾ, ਇਹ ਸਾਰਿਆਂ ਨੂੰ ਹੀ ਪਤਾ ਜਿਹੜੇ ਪਸ਼ੂ ਪਾਲਕ ਵੀਰ ਨੇ। ਜਿੱਦਾਂ ਵੜਾ ਨੇ ਆਪਣੇ ਕੋਲੇ ਗੱਭਣ A to Z ਬਣ ਕੇ ਵੀ ਵੀਰੇ, ਭਾਰ ਦੀ ਥਣਾਂ ਦੇ A to Z ਆਪਣੇ ਕੋਲੇ 1 ਨੰਬਰ ਗਾਵੇ ਨੂੰ।
ਬਾਕੀ ਦੋਸਤੋ ਸਾਡਾ ਜਿਹੜਾ ਜ਼ਰੀਆ ਤੁਹਾਨੂੰ ਪਸ਼ੂ ਦਿਖਾਉਣ ਦਾ ਤੁਸੀਂ ਆਪਣੀ ਤਸੱਲੀ ਆ ਕੇ ਬਿਲਕੁਲ ਬਈ ਤਸੱਲੀ ਕਰਕੇ ਕਰੋ ਕਿਉਂਕਿ ਤੁਸੀਂ ਨੇ ਪੈਸੇ ਲਾਉਣੇ ਨੇ ਆਪਦੀ ਪਸੰਦ ਮੁਤਾਬਕ ਪਸ਼ੂ ਖਰੀਦੋ ਤੇ ਉਹਦੀ ਤਸੱਲੀ ਕਰਨ ਦਾ ਦੋਸਤੋ ਤੁਹਾਡਾ ਹੱਕ ਬਣਦਾ ਇਹ ਜਰਸੀ ਆ ਗਈ ਬਾਈ ਜੀ ਇਹ ਜਰਸੀ ਵੈਲ 24 ਕਿਲੋ ਦੁੱਧ ਦਿੱਤਾ ਜੀ ਪਹਿਲਾਂ ਨੇ ਇਹਦਾ ਰੇਟ ਕੀ ਰਹੂਗਾ ਜੀ ਰੇਟ ਬਾਈ ਜਿਹੜਾ ਦੇਣ ਲੈਣ ਰੇਟ ਜਿਹੜਾ ਅੱਜ ਵਾਲਾ ਉਹ ਹੈਗਾ ਜੀ 87,000 ਰੁਪਏ ਜੀ ਇਹਦਾ ਸੂਆ ਕਿਹੜਾ ਦੂਜਾ ਸੂਆ ਜੀ ਇਹ ਦੂਜਾ ਸੂਆ ਦੋਸਤੋ ਥਾਂ ਦੀ ਕੁਆਲਿਟੀ ਬਹੁਤ ਜ਼ਿਆਦਾ ਚੰਗਾ ਚੰਗਾ ਬਾਈ ਜੀ ਰੇਟ ਆਮ ਤੌਰ ਤੇ ਜਿੱਦਾਂ ਦੇ ਬੱਚੇ ਅੱਜ ਕੱਲ੍ਹ ਰੇਟ ਮਾਰਕੀਟ ਵਿੱਚ 30-35 ਨਾਰਮਲ ਚੱਲ ਰਿਹਾ ਹੈਗਾ ਠੀਕ ਹੈ ਜੀ ਪਰ ਆਪਣੇ ਕੋਲ ਜਾਨਵਰ ਜ਼ਿਆਦਾ ਹੁੰਦੇ ਨੇ ਬਾਈ ਆਪਾਂ ਇਹ ਕਹਿੰਦੇ ਨੇ ਵੀ ਨਫਾ ਜਾਇਜ਼ ਲਓ ਤੇ ਵੇਚੋ ਬਸ ਦੋਸਤੋ ਦੁਕਾਨਦਾਰੀ ਹੈ ਜਿਹੜੀ ਉਹ ਜਾਇਜ਼ ਰੇਟ ਵਾਲਿਆਂ ਦੀ ਜਿਹੜੇ ਵੀਰ ਜਾਇਜ਼ ਰੇਟ ਲਾਉਂਦੇ ਨੇ ਨਾ ਜਾਇਜ਼ ਨਫਾ ਲੈਂਦੇ ਨੇ ਉਹਨਾਂ ਦੀ ਚੱਲਦੀ ਹੈ ਜਿਹੜੇ ਜ਼ਿਆਦਾ ਕਰਦੇ ਨੇ ਵੀ ਇੱਕ ਜੂਈ ਬਣਾ ਲਈ ਜਿੰਨੇ ਬੂਟੇ ਤੋਂ ਵੀਡੀਓ ਬਣਾ ਕੇ ਜਾਂਦਾ ਨੇ ਦੁਬਾਰੇ ਆਪਣੇ ਕੋਲ ਕੋਈ ਜਾਨਵਰ ਹੁੰਦਾ ਨਹੀਂ ਉਹ ਦੋਸਤੋ ਅਸੀਂ ਵੀ ਤਕਰੀਬਨ ਹਫ਼ਤੇ ਦੇ ਵਿੱਚ ਵੀਰ ਕੋਲ ਇੱਕ ਵਾਰੀ ਦਾ ਗੇੜਾ ਮਾਰਦੀ ਆ ਬਾਈ ਨੇ ਦੱਸਿਆ ਹੀ ਆ ਵੀ ਜਦੋਂ ਅਸੀਂ ਦੁਬਾਰੇ ਆਉਂਦੇ ਤਾਂ ਕੋਈ ਵੀ ਪਸ਼ੂ ਏਦਾਂ ਦਾ ਹੁੰਦਾ ਨਹੀਂ ਜਿਹੜਾ ਵੀਰ ਕੋਲੇ ਦੁਬਾਰੇ ਹੋਵੇ ਤੇ ਵੀਰ ਦਾ ਜਿਹੜਾ ਹੈਗਾ ਜਾਇਜ਼ ਨਫਾ ਲੈ ਕੇ ਕਾਰੋਬਾਰ ਕਰਨ ਦਾ ਜਿਹੜਾ ਸਾਨੂੰ ਬਹੁਤ ਵਧੀਆ ਕੰਮ ਲੱਗਿਆ ਇਹ ਤੇ ਜਿਹੜੇ ਦੋਸਤੋ ਕੋਈ ਕਹਿੰਦੇ ਨੇ ਵੀ ਇੱਕ ਪਸ਼ੂ ਦਾ ਰੁਪਈ ਅਸੀਂ ਬਣਾ ਲਈਏ ਤੇ ਉਹ ਇੱਕ ਅੱਧਾ ਹੀ ਵੇਚਣ ਵਾਲੇ ਹੁੰਦੇ ਨੇ ਆਹ ਅਗਲਾ ਹਿੱਪਰ ਵੀ ਤੁਹਾਨੂੰ ਦਿਖਾਉਣੇ ਆ ਇਹ ਬਾਈ ਜੀ 5 ਮੰਥ ਦੀ ਪ੍ਰੈਗਨੈਂਟ ਆ 2 ਦੰਦ ਹੈ ਜੀ ਇਹ ਆਪਣੇ ਕੋਲੇ ਪੇਅਰ ਆ 2 ਨੇ ਜੀ ਅਗਰ ਦੋਨੇ ਦਾ ਸੌਦਾ ਕਲੀਅਰ ਕਰਨਾ ਹੈ ਤਾਂ ਆਪਾਂ 2 ਇਕੱਠੇ ਦੇ ਦਾਂਗੇ ਇਹ ਸਿੰਗਲ ਜਿਹੜੀ ਇਹ ਬੱਚੀ ਹੈ ਜੀ ਇਹ ਬੱਚੀ ਆਪਾਂ ਕਹਿੰਦੇ 55,000 ਦੀ ਜੀ 2 ਦੰਦ ਆ ਬਹੁਤ ਹੀ ਵਧੀਆ ਮਤਲਬ ਕਿ ਸਿਮਨ ਦੇ ਰਿਕਾਰਡ ਦੀ ਆ ਜਿਵੇਂ ਅੱਗੇ ਕਿਸੇ ਬਾਈ ਨੇ ਫਾਰਮ ਤਿਆਰ ਕਰਨਾ ਜਾਂ ਚਲੋ ਕਈ ਵਾਰ ਇਦਾਂ ਹੁੰਦਾ ਹੈਗਾ ਜਿੱਦਾਂ ਹੁਣ ਆਪਾਂ ਅੱਜ ਜ਼ਮੀਨ ਠੇਕੇ ਤੇ ਲੈਣਾ ਦੇਖ ਲਓ ਵੀ ਤੁਸੀਂ 5-7,000 ਵੀ ਬਚਦਾ ਨਹੀਂ ਹੈਗਾ ਜੇ ਬੱਚੀ ਨੂੰ ਅੱਜ ਕੋਈ ਵੀਰ ਲੈਂਦਾ ਹੈਗਾ ਮਤਲਬ ਵੀ 4 ਮਹੀਨੇ ਰਹਿ ਗਏ ਤੇ ਸੁਣ ਦੇ ਮਤਲਬ ਨੋਰਮਲ ਘੱਟ ਤੋਂ ਘੱਟ 90,000 ਦੀ ਬੱਚੀ ਬਿਕੂਗੀ ਦੋਸਤੋ ਤੁਸੀਂ ਦੇਖ ਸਕਦੇ ਹੋ ਜੇ ਮਤਲਬ ਇਹ ਬਹੁਤ ਵਧੀਆ ਜਾਨਵਰ ਤੇ 2 ਦੰਦ ਬੱਚੀ ਆ ਤੇ 5 ਮੰਥ ਦੀ ਪ੍ਰੈਗਨੈਂਟ ਆ ਕੋਈ ਵੀਰ ਆਪ ਪ੍ਰੈਗਨੈਂਟ ਪਸ਼ੂ ਲੈ ਕੇ ਤਿਆਰ ਕਰਨਾ ਚਾਹੁੰਦਾ ਉਹਦੇ ਦੇ ਵੀ ਪਸ਼ੂ ਵੀਰ ਕੋਲੇ ਅੱਜ 2 ਨੇ ਤੇ 2 ਖਰੀਦਣੇ ਚਾਹੁੰਦਾ ਇਕੱਠੇ 2 ਵੀ ਖਰੀਦ ਲੈਣੇ ਇਕੱਲੀ ਦਾ ਰੇਟ ਆ ਜਿਹੜਾ ਵੀਰ ਨੇ ਦੱਸਤਾ 55,000 ਇਹ ਬੱਚੀ ਨੇ ਬਾਈ ਜੀ ਦੁੱਧ ਦਿੱਤਾ 32-33 ਕਿਲੋ ਦੂਜਾ ਸੂਆ 6 ਦੰਦ ਆ ਇਹਦੇ 15 ਦਿਨ ਪੈਂਡਿੰਗ ਆ ਇਹਦਾ ਜਿਹੜਾ ਵਾਜਬ ਰੇਟ ਆ ਜੀ 70,000 ਰੁਪਇਆ ਜਿੱਦਾਂ ਹੁਣ ਇਹ ਕਹੂਗਾ ਕੋਈ ਵੀਰ ਅੱਜ ਲੈ ਕੇ ਜਾਂਦਾ ਤਿਆਰੀ ਤੇ ਇਦਾਂ ਨੀ ਕਹੂ ਉਹਦੇ ਲੱਖ ਤੋਂ ਪਲੱਸ ਮਿਲਦੀ ਨੀ ਆ ਦੇਖ ਸਕਦੇ ਹੋ ਦੋਸਤੋ ਵੀਰ ਨੇ ਦਾ ਰੇਟ ਵੀ ਦੱਸਤਾ ਤੇ ਅਗਲੀ ਬੱਚੀ ਦੇ ਵੀ ਇਹ ਹਿੱਪਰ ਆ ਗਿਆ ਜੀ 2 ਦੰਦ ਉਹਦੇ ਨਾਲ ਦੇ ਜੋਟੇ ਚੋਂ ਠੀਕ ਹੈ ਜੀ ਵੀਰੇ ਇਹ ਵੀਰ ਜੀ 6 ਮਹੀਨੇ ਦੀ ਚੈੱਕ ਪਾਸ ਕਲੀਅਰ ਆ 2 ਦੰਦ ਆ ਇਹ ਸਿੰਗਲ ਹੈ ਦੋਸਤੋ ਇਹ ਆਪਾਂ ਦੇਵਾਂਗੇ ਜੀ 65,000 ਰੁਪਏ ਦੀ ਜੀ 65,000 ਰੁਪਇਆ ਵੀਰ ਇਹਦਾ ਰੇਟ ਕਈ ਵਾਰ ਕੋਈ ਪਿਆਰ ਲੈਂਦਾ ਹੋਇਆ ਤਾਂ ਦੋਨਾਂ ਦੇ ਵਿੱਚੋਂ 5,000 ਰੁਪਏ ਦਾ ਮਾਨਦਨ ਕਰਦੇ ਦੋਸਤੋ ਦੇਖ ਸਕਦੇ ਹੋ ਤੁਸੀਂ 2 ਦੰਦ ਬੱਚੀ ਆ ਬਹੁਤ ਵਧੀਆ ਕੰਨ ਕੁੰਨ ਦੀ ਕੁਆਲਿਟੀ ਕਾਠ ਵੀ ਬਹੁਤ ਵਧੀਆ ਤਕਰੀਬਨ 5 ਫੁੱਟ ਤੋਂ ਪਲੱਸ ਪਲੱਸ ਹਾਈਟ ਆ ਬੱਚੀ ਦੀ ਤੇ ਪੈਰਾਂ ਪੂਰਾਂ ਦੀ ਵੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਕੋਈ ਵੀਰ ਖਰੀਦਣੀਆਂ ਚਾਹੁੰਦਾ 2 ਇਕੱਠੀਆਂ ਵੀ ਖਰੀਦ ਸਕਦਾ ਦੋਸਤੋ ਇਹਦਾ ਵੀਰ ਨੇ ਰੇਟ 65,000 ਰੁਪਇਆ ਕਰਿਆ ਇਹ ਬਾਈ ਜੀ ਸੂਈ ਹੋਈ ਆ 18 ਕਿਲੋ ਦੁੱਧ ਹੁਣ ਮੌਕੇ ਤੇ ਇਸ ਟਾਈਮ ਠੀਕ ਹੈ ਜੀ ਦੂਜਾ ਸੂਆ ਜੀ ਮਨ ਕੇ ਆਈ ਹੋਈ ਆ ਹਲੇ ਠੀਕ ਹੈ ਜੀ ਤਾਂ ਕਰਕੇ ਨਵੋਂ ਤਵੋਂ ਜਾਈ ਆ ਇਹਦਾ ਬਾਜਬ ਰੇਟ ਬਾਈ ਜੀ 75,000 ਰੁਪਇਆ ਬਿਲਕੁਲ ਦੇ ਰਿਹਾ ਦੋਸਤੋ ਸਾਡੇ ਸਾਹਮਣੇ ਹੁਣ ਵੀਰ ਨੇ ਲਾ ਗਈ ਆ ਇਹ ਤੇ ਹੁਣੀ ਆਈ ਆ ਉਹਦੇ ਕਰਕੇ ਇਹ ਨਵੋਂ ਤਵੋਂ ਜੇ ਵਾਲੀ ਆ 18 ਕਿਲੋ ਦੁੱਧ ਹੈ ਜੀ ਮੌਕੇ ਤੇ ਮਗਰ ਬੱਚਾ ਜੀ ਠੀਕ ਹੈ ਜੀ ਵੀਰ ਜੀ ਤੇ ਆ ਇੱਕ ਮੱਝ ਖੜੀ ਆ ਵੀਰ ਜੀ ਬਹੁਤ ਵੱਡੇ ਆਰਡਰ ਦੀ ਜੀ ਇਹਦਾ ਹੁਣ ਦੁੱਧ ਮੇਰੇ ਬੱਲੇ ਜੀ 15 ਕਿਲੋ ਮੌਕੇ ਤੇ ਤਿਆਰ ਆ ਜੀ ਠੀਕ ਹੈ ਜੀ ਹਾਂਜੀ ਤੇ ਇਹਦਾ ਰੇਟ ਕੀ ਰਹੂਗਾ ਜੀ ਰੇਟ ਬਾਈ ਜੀ 1,55,000 ਰੁਪਏ ਜੀ 20 ਕਿਲੋ ਦੁੱਧ ਦੂਗੀ ਬਾਈ ਬੂਟੇ ਬਿਲਕੁਲ ਨਾਰਮਲ ਇਹਦਾ ਸੂਆ ਕਾਇਕ ਦਾ ਨਾਮ ਤੀਜਾ ਬਾਈ ਜੀ ਤੀਜਾ ਸੂਆ ਅੱਜ ਸੂਈ ਇਹਨੂੰ 9 ਦਿਨ ਹੋ ਗਏ ਜੀ ਠੀਕ ਹੈ ਜੀ ਵੀਰੇ ਹਾਂਜੀ ਰੇਟ 1,55,000 ਦੋਸਤੋ ਮੈਂ ਤੁਹਾਨੂੰ ਸਿੰਗ ਸੁੰਗ ਦੀ ਕੁਆਲਿਟੀ ਨੇੜੇ ਕਰਕੇ ਦਿਖਾਉਣਾ ਪਤਲਾ ਸਿੰਗ ਹੈ ਜੀ 20 ਕਿਲੋ ਦੁੱਧ ਵਾਲਾ ਜਾਨਵਰ ਹੈ ਜੀ ਕੋਈ ਬਾਈ ਬਿਲਕੁਲ ਅੱਡਰ ਦੀ ਦੇਖ ਕੇ ਤੁਸੀਂ ਥਣਾਂ ਦੀ ਕੁਆਲਿਟੀ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ 20 ਲੀਟਰ ਦੁੱਧ ਦੇਣਾ ਇਹ ਮੈਂ ਤੁਹਾਨੂੰ ਕੋਈ ਵੱਡੀ ਗੱਲ ਨਹੀਂ ਹੈਗੀ 20 ਪਲੱਸ ਦੇਣ ਮੇਰੀ ਜਿਹੜੀ ਆਪਦੀ ਸਾਹਮਣੇ ਕਹਿੰਦੀ ਉਹ 20 ਪਲੱਸ ਵੀ ਦੇ ਸਕਦੀ ਆ ਜਿਵੇਂ ਕਿ ਤੁਸੀਂ ਥਣਾਂ ਦੀ ਕੁਆਲਿਟੀ ਦੇਖ ਸਕਦੇ ਹੋ ਤੇ ਇਹਦਾ 1,53,000 55,000 ਰੁਪਇਆ ਰੇਟ ਆ ਉਹ ਤੁਸੀਂ ਅਸੀਂ ਵਾਰ ਵਾਰ ਕਹਿਣਾ ਵੀ ਵੀਰ ਕੋਲੇ ਆ ਕੇ 2-3 ਡੰਗ ਰਹਿ ਕੇ ਬਿਲਕੁਲ ਇਹਦੇ ਵਿੱਚ ਕੋਈ ਸਾਰੇ ਸੰਤ ਸੁਭਾਅ ਗਾਵਾਂ ਨਾਲ ਦੰਦਾਂ ਦੀ ਚੌਕੀ ਆ 4 ਦੰਦਾਂ ਦੋ ਦੇਖ ਬਾਈ ਦੇਖੀ ਦੱਬਣ ਦੇ ਵਿੱਚ ਜਿੱਦਾਂ ਇਹਦੇ ਮਰਜ਼ੀ ਥਾਂ ਖਿੱਚ ਲੈ ਇਹਦੀ ਖਾਸੀਅਤ ਹੈ ਨਸਲ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਰੇਟ ਬਾਈ ਜੀ ਅੱਜ ਵਾਲਾ ਰੇਟ 1,35,000 ਰੁਪਏ ਜੀ ਗੱਬਣ ਦਾ 1,35,000 ਰੁਪਏ ਸੂਈ ਝੋਟੀ ਅੱਜ ਕੱਲ ਮਾਰਕੀਟ ਦੇ ਵਿੱਚ 1,45-1,50 ਦੀ ਤੇ ਨਾਰਮਲ ਵਿਕ ਰਹੀ ਆ ਤਾਂ ਕਹਿੰਦੇ ਦੁੱਧ ਵੀ ਤੇ ਕੱਚੀ ਦੇ 16 ਕਿਲੋ ਦੇਣਾ ਜੀ ਇੰਨੀਆਂ ਠੰਡੀਆਂ ਨੇ ਦੇਖੋ ਜੀ ਅੱਧਰ ਦੇ ਪੈਟ ਫੁੱਟ ਦੀ ਕੁਆਲਿਟੀ ਵੀ ਤੁਸੀਂ ਦੇਖ ਸਕਦੇ ਹੋ ਦੋਸਤੋ ਤਕਰੀਬਨ ਇਹਦਾ ਵੀ 5-5.5 ਫੁੱਟ ਦੇ ਏਡ ਗੇਡ ਕਰਦਾ ਜੀ ਤੇ
ਸਣਾ ਸੁਣਾ ਦਾ ਗੈਪ ਵੀ ਤੁਸੀਂ ਦੇਖ ਸਕਦੇ ਹੋ, 1,35,000 ਜਿਹੜਾ ਅੱਜ ਮੌਕੇ ਦਾ ਰੇਟ ਆ। ਸੂਕ ਕੇ ਦੁੱਧ ਤਿਆਰ ਕਰ ਦਿੰਦੀ ਆ ਦੋਸਤੋ, ਉਹ ਰੇਟ ਉਦੋਂ ਮੌਕੇ ਦਾ ਰਹੂਗਾ। ਇੱਕ ਝੋਟੀ ਹੋਰ ਆ ਜੀ, ਇਹ ਵੀ ਦਿਖਾਉਣਾ। ਕਈ ਬੂਟੇ 10 ਕਿਲੋ ਹੁਣ ਮੌਕੇ ਤੇ ਤਿਆਰ ਆ, ਠੀਕ ਹੈ ਜੀ। ਇਹਦਾ ਜਮਾ ਜਿਹੜਾ ਲੈਣ ਦੇਣ ਵਾਲਾ ਰੇਟ 1,10,000 ਰੁਪਏ ਜੀ। 1,10,000 ਰੁਪਇਆ ਰੇਟ ਆ ਜੀ ਦੋਸਤੋ, 10 ਕਿਲੋ ਦੁੱਧ ਮੌਕੇ ਤੇ ਤਿਆਰ ਆ। ਸੂਆ ਕਿਹੜਾ ਵੀਰ ਜੀ ਇਹਦਾ? ਇਹਦਾ ਪਹਿਲਾਂ ਜੀ, ਪਹਿਲਾ ਸੂਆ ਦੋਸਤੋ। ਸਿੰਗ ਦੀ ਕੁਆਲਿਟੀ ਵੀ ਤੁਸੀਂ ਦੇਖ ਸਕਦੇ ਹੋ, ਸਰਾਫਤ ਜਿਹੜੀ ਆਪਾਂ ਦੇਖ ਰਹੇ ਹਾਂ ਦੋਸਤੋ, ਸਾਰਿਆਂ ਡੰਗਰਾਂ ਦੇ ਵਿੱਚ ਬਹੁਤ ਜ਼ਿਆਦਾ। ਕਿਉਂਕਿ ਬਈ ਏਰੀਏ ਦਾ ਫਰਕ ਆ, ਕਿਉਂਕਿ ਜਿਹੜੇ ਏਰੀਏ ਆਪਣੇ ਜਾਨਵਰ ਨੇ ਹਿਸਾਰ ਦੇ ਠੰਡੇ ਆ। ਅਗਲੀ ਝੋਟੀ ਵੀ 13 ਕਿਲੋ ਮੁੱਕ ਤੇ ਤਿਆਰ ਆ। ਇਹਦਾ ਸੂਆ ਕਿਹੜਾ ਜੀ? ਦੂਜਾ ਜੀ, ਦੂਜਾ ਸੂਆ 13 ਕਿਲੋ ਤੋਂ ਤਿਆਰ ਆ। ਜਦੋਂ ਵੀ ਆਪਾਂ ਵੀਡੀਓ ਬਣਾਉਂਦੇ ਆ ਆਪਣੇ ਜਾਨਵਰਾਂ ਦਾ ਲੇਵੇ ਤੇ ਖਾਲੀ ਹੁੰਦੇ ਨੇ, ਇਹ ਨਹੀਂ ਹੈਗਾ ਵੀ ਦੁੱਧ ਛੱਡ ਕੇ ਵੀਡੀਓ ਨਹੀਂ ਕਦੇ ਬਣਾਈ ਆਪਾਂ ਨੇ। ਆ ਤੁਸੀਂ ਦੇਖ ਸਕਦੇ ਹੋ ਦੋਸਤੋ, ਕੋਈ ਦੁੱਧ ਨਹੀਂ ਛੱਡਿਆ ਹੋਇਆ। ਤੇ ਆ ਸਿੰਗ ਦੀ ਕੁਆਲਿਟੀ ਵੀ ਦੇਖ ਸਕਦੇ ਹੋ, ਦੂਜਾ ਸੂਆ। ਇਹਦਾ ਰੇਟ ਕੀ ਰਹੂਗਾ? ਇਹਦਾ ਬਾਈ ਜੀ 2,45,000 ਰੁਪਏ। ਇਹਦਾ ਬੱਚਾ ਕੀ ਹੈ ਜੀ? ਇਹਦਾ ਫੀਮੇਲ ਹੈ ਜੀ। ਇਹਦਾ ਫੀਮੇਲ ਕਾਫਾ ਜਿਵੇਂ ਕਿ ਦੋਸਤੋ ਦੂਜਾ ਸੂਆ, ਪਰ ਆਪਾਂ ਇਹਨੂੰ ਕੱਟੀ ਵੀ ਕਹਿ ਸਕਦੇ ਆ, ਬਹੁਤ ਬਰੀਕ ਸਿੰਗੜੀ ਆ। ਤੇ 13 ਕਿਲੋ ਦੁੱਧ ਤਿਆਰ ਆ, ਇਹ ਵੀ ਤੁਸੀਂ ਖਰੀਦ ਸਕਦੇ ਹੋ। ਤੇ ਅਗਲੀ ਝੋਟੀ ਵੀਰੇ, ਇਹ ਬਾਈ ਜੀ ਲੇਵੇ ਜੀ ਥੋੜੀ ਟਾਈਟ ਆ, 15 ਕਿਲੋ ਦੁੱਧ ਹੁਣ ਇਹਦੇ ਥੱਲੇ ਤਿਆਰ ਆ ਜੀ ਮੌਕੇ ਤੇ। ਮੈਂ ਕਹਿੰਦਾ ਇਹਦੇ ਮੇਲ ਆ ਜੀ, ਪਰ ਲੇਵੇ ਜੀ ਵੀਰੇ ਇਹ ਟਾਈਟ ਰੱਖੂਗੀ ਦੁੱਧ, ਚਾਹੇ ਅਗਲਾ ਕੋਈ ਵੀਰ ਮਰਜ਼ੀ ਆਵੇ 4 ਟਾਈਮ 5 ਟਾਈਮ ਚੋਲੋ, ਵੀ ਜਿਹੜਾ ਮੌਕੇ ਵਾਲਾ ਦੁੱਧ ਆ ਬੱਚੇ ਸਮੇਤ 15 ਕਿਲੋ ਆ, ਨਹੀਂ ਤੁਸੀਂ ਐਂ ਮੰਨ ਲਓ ਵੀ 14 ਕਿਲੋ ਜਮਾ ਠੰਡਾ ਜੀ। ਇਹਨੂੰ ਤੋੜ ਕੇ ਦਿਖਾ ਦਾਂਗੇ। ਤੋੜ ਇਹਦਾ ਰੇਟ ਕੀ ਰਹੂਗਾ ਜੀ? ਇਹਦਾ ਰੇਟ ਬਾਈ ਜੀ 1,20,000 ਰੁਪਏ ਦੇ ਲੈਣ। 1,20,000 ਰੁਪਇਆ ਰੇਟ ਆ ਦੋਸਤੋ। ਪਿੱਠ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ, 15 ਕਿਲੋ ਦੁੱਧ ਤਿਆਰ ਆ ਜੀ ਮੌਕੇ ਤੇ। ਹੁਣ ਇਹ ਆਪਾਂ ਤੁਹਾਨੂੰ ਤੋੜ ਕੇ ਦਿਖਾਉਣਾ, ਝੋਟੀ ਟਾਇਟ ਲੇਵੇ ਦੀ ਵੀਰ ਨੇ ਦੱਸਿਆ, ਜਿਹੜੀਆਂ ਝੋਟੀਆਂ ਟਾਇਟ ਲੇਵੇ ਵਾਲੀਆਂ ਹੁੰਦੀਆਂ ਨੇ ਦੋਸਤੋ, ਇਹ ਦੁੱਧ ਦੇ ਵਿੱਚ ਨਹੀਂ ਧੋਖਾ ਦਿੰਦੀਆਂ ਜੀ। ਹਲੇ ਜਿਹੜਾ ਵੱਡੇ ਲੇਵੇ ਵਾਲਾ ਪਸ਼ੂ ਆ, ਉਹ ਦੁੱਧ ਦੇ ਵਿੱਚ ਧੋਖਾ ਦੇ ਸਕਦਾ। ਤੁਸੀਂ ਪਿੱਠ ਦੀ ਕੁਆਲਿਟੀ ਵੀ ਦੇਖ ਸਕਦੇ ਹੋ, ਮੈਂ ਤੁਹਾਨੂੰ ਤੋੜ ਕੇ ਝੋਟੀ ਚੰਗੀ ਤਰ੍ਹਾਂ ਦਿਖਾਉਣਾ ਜੀ। 15 ਕਿਲੋ ਦੁੱਧ ਤਿਆਰ ਆ, ਰੇਟ 1,20,000 ਰੁਪਇਆ ਸਿੰਗ ਦੀ ਕੁਆਲਿਟੀ। ਤੁਹਾਡੇ ਵੀ ਰੋਕ ਨਹੀਂ ਮਾਰਿਆ ਇੱਥੇ। 15 ਕਿਲੋ ਦੁੱਧ ਤਿਆਰ ਥੋੜਾ ਜਿਹਾ ਬਾਈ ਆਪਣੇ ਦੁੱਧ ਬੱਚੇ ਦੀ ਕਰਦੀ ਆ ਦੋਸਤੋ, ਤਾਜ਼ੇ ਸੂਏ ਹੋਣ ਕਰਕੇ ਪਸ਼ੂ ਬੱਚਾ ਠੀਕ ਹੈ ਜੀ ਵੀਰ ਜੀ।